ਅਸਲਾਮ ਅਲੈਕੁਮ ਜੀ ਨਾਜ਼ਰੀਨ, ਮੈਂ ਅੱਜ ਫਿਰ ਰਿਹਾ ਜੀ ਨਾਰੋਵਾਲ। ਨਾਰੋਵਾਲ ਇੱਕ ਪ੍ਰੋਗਰਾਮ ਸੀ, ਇੱਕ ਸਟੇਡੀਅਮ ਆ ਨਾਰੋਵਾਲ ਦੇ ਵਿੱਚ, ਇਹਦਾ ਸਟੇਡੀਅਮ ਉੱਥੇ ਕਬੱਡੀ ਦਾ ਮੈਚ ਹੋ ਰਿਹਾ। ਉਸ ਤੋਂ ਬਾਅਦ ਇੱਕ ਸ਼ੋਅ ਆ, ਉਹ ਸ਼ੋਅ ਦੇ ਵਿੱਚ ਮੈਂ ਇਹਦੇ ਹੋਸਟ ਜਾਂ ਇਹਦੇ ਸ਼ੁਗਲ ਮੇਲਾ ਲਾਵਾਂਗਾ। ਅਤੇ ਨਾਜ਼ਰੀਨ ਇੱਥੇ ਤਰ੍ਹਾਂ ਮੈਂ ਤੁਹਾਡਾ ਸ਼ੇਪ ਸ਼ੂਪ ਕਰਾ ਲਾਂ, ਪਹਿਲੇ ਕੱਪੜੇ ਕੁਪੜੇ ਬਦਲ ਲਾਂ, ਨਹਾ ਲਵਾਂ। ਇੱਕ ਪੁਰਾਣੇ ਹਮਾਮ ਤੁਹਾਨੂੰ ਮੈਂ ਦਿਖਾਉਂਦਾ ਕਿ ਜਿਹੜਾ ਹਮਾਮ ਕਿੱਦਾਂ ਦੇ ਹੁੰਦੇ ਸੀ ਅਸਲ ਜਿਹੜੇ ਸੀ। ਆ ਜਾਓ। ਅਸਲਾਮ ਅਲੈਕੁਮ। ਇਹ ਨਾਜ਼ਰੀਨ ਨਾਰੋਵਾਲ ਪਹਿਲੀ ਵਾਰ ਦੁਕਾਨ 'ਚ ਆਇਆ, ਤੁਹਾਡਾ ਨਾਂ ਕੀ ਹੈ? ਮੁਹੰਮਦ ਤੈਯਬ। ਤੈਯਬ ਭਾਈ ਦੀ ਦੁਕਾਨ 'ਚ ਆਇਆ, ਬਹੁਤ ਅੱਛੇ ਆਦਮੀ ਨੇ। ਇੱਕ ਇਹ ਭਾਈ ਹੁਣ ਵਾਲ ਸਿੱਧੇ ਕਰਾ ਲਾ, ਮੈਂ ਉਹਨੀ ਦੇਰ ਇੱਧਰ ਹੀ ਹਾਂ ਭਾਈ, ਕਰਾ ਲਓ। ਟੀਚਰ ਸਾਹਿਬ ਦੇ ਵਾਲ ਸਿੱਧੇ ਕਰੋ। ਉਹ ਭਾਅ ਜੀ ਤੁਸੀਂ ਇਹਨੂੰ ਸਹੀ ਕਰੋ ਨਾ, ਕੱਢੋ ਬਾਹਰ ਇਹਨੂੰ, ਕੰਘੀ ਸ਼ੰਘੀ ਨਹੀਂ। ਵਾਲ ਤਾਂ ਤੁਹਾਡੇ ਸਹੀ ਆ। ਤੁਸੀਂ ਇਹ ਦੱਸੋ ਕਿ ਨਾਰੋਵਾਲ ਜਿਹੜਾ ਸ਼ਹਿਰ ਆ ਜੀ, ਇੱਥੇ ਕੀ ਕਰਦੇ ਹੋ ਤੁਸੀਂ? ਮੈਂ ਨਾਰੋਵਾਲ ਸ਼ਹਿਰ ਮੈਂ ਟੀਚਿੰਗ ਕਰਦਾ ਜੀ। ਉਰਦੂ? ਮੈਂ ਪੰਜਾਬੀ ਬੋਲ ਰਿਹਾ, ਤੁਸੀਂ ਉਰਦੂ ਕਾਹਤੋਂ ਬੋਲੀ ਜਾ ਰਹੇ? ਅਸੀਂ ਪੰਜਾਬ ਪੰਜਾਬੀ ਤੁਹਾਨੂੰ ਉਹ ਸ਼ੇਰ ਸੁਣਾਵਾਂਗੇ, ਤੁਸੀਂ ਹੈਰਾਨ ਰਹਿ ਜਾਓਗੇ ਜਿੱਥੋਂ ਜਿੱਥੋਂ ਨਹੀਂ ਆਏ ਰਹੇ, ਜੇ ਬੁੱਝੋਗੇ ਲਫ਼ਜ਼ ਤਾਂ ਮੈਨੂੰ ਦੱਸਿਓ। ਕਸਮੇ ਪੱਕੀ ਗੱਲ। ਓਏ ਨਾਜ਼ਰੀਨ, ਇੱਥੇ ਮੈਂ ਨਹਾਉਣਾ। ਦੇਖੋ ਤੁਸੀਂ ਸੁਜ਼ੂਕੀ ਵਾਲਿਆਂ ਦੇ ਸ਼ੋਰੂਮ ਦੇਖੇ ਹੋਣੇ ਨੇ, ਸੁਜ਼ੂਕੀ ਵਾਲਿਆਂ ਦੇ ਵਾਸ਼ਰੂਮ ਤੁਸੀਂ ਕਦੀ ਨਹੀਂ ਦੇਖੇ ਹੋਣੇ। ਇਹ ਦੇਖੋ, ਇਹ ਸੁਜ਼ੂਕੀ ਦੇ ਵਾਸ਼ਰੂਮ ਨੇ, ਆ ਗੱਡੀਆਂ ਨਹਾ ਨਹਾ ਨਿਕਲ ਰਹੀਆਂ ਅੰਦਰੋਂ, ਦੇਖੋ ਜ਼ਰਾ। ਅਸਲਾਮ ਅਲੈਕੁਮ ਜੀ ਭਾਅ ਜੀ, ਤੁਸੀਂ ਖਲੋਤੇ ਕਦੀ ਐਂ ਨੂੰ ਕਦੀ ਐਂ ਨੂੰ, ਨਹਾ ਤੁਸੀਂ ਲਿਆ, ਹੁਣ ਕੱਪੜੇ ਕਿਉਂ ਨਹੀਂ ਪਾ ਰਹੇ? ਜਨਾਬ ਪਾ ਰਿਹਾ ਬਸ 2 ਮਿੰਟ। ਤੁਸੀਂ ਇੱਧਰ ਤਾਂ ਨਹੀਂ ਨਹਾਇਆ ਜਿੱਥੇ ਟਾਇਰ ਪਏ? ਇੱਧਰ ਨਹਾਤੇ। ਇੱਧਰ ਨਹਾਤੇ ਸੁਜ਼ੂਕੀ 'ਚ? ਹਾਂਜੀ। 800 CC ਵਾਸ਼ਰੂਮ 'ਚ ਨਹਾਤੇ ਕਿ 1200 CC? ਚਲੋ ਠੀਕ, ਲਓ ਜੀ। ਅੱਛਾ ਭਾਅ ਜੀ, ਅੱਛਾ ਜੀ, ਕੁਛ ਕੀ ਸ਼ੇਅਰ ਤੁਸੀਂ ਪਹਿਲੇ ਦੱਸੋ, ਨਾਰੋਵਾਲ ਦੀ ਸਭ ਤੋਂ ਮਸ਼ਹੂਰ ਚੀਜ਼ ਕਿਹੜੀ ਹੈ? ਨਾਰੋਵਾਲ ਦੀ ਭਾਈ ਬਰਾਰੁਲ ਹੱਕ ਸਾਹਿਬ ਤੋਂ ਲਾਵਾ। ਬਰਾਰੁਲ ਹੱਕ ਜਿਹੜੇ ਨੇ, ਸਾਡਾ ਪਿੰਡ ਯੂਨੀਅਨ ਕੌਂਸਲ ਬਰਾਰੁਲ ਹੱਕ ਦੀ, ਅਤੇ ਪਿਛਲਾ ਪਿੰਡ ਸਾਡਾ ਉਹ ਹੀ ਹੈ। ਅਤੇ ਨਾਰੋਵਾਲ ਦੀ ਮਸ਼ਹੂਰ ਚੀਜ਼ ਸਿਰਕੀਆਂ ਨੇ, ਜਿਹੜੀਆਂ ਬਣਦੀਆਂ ਨੇ ਕਾਨਿਆਂ ਦੀਆਂ, ਜਿਹੜੀਆਂ ਛੱਤਾਂ 'ਤੇ ਪਾਈਆਂ ਜਾਂਦੀਆਂ ਸਿਰਕੀਆਂ। ਹਾਂਜੀ, ਜਿਹੜੀਆਂ ਕਾਨਿਆਂ ਦੀਆਂ ਛੱਤਾਂ 'ਤੇ ਪਾਉਂਦੇ ਨੇ ਉਹ ਜੀ। ਕਾਨੇ ਦੀ ਜਿਹੜੀ ਛੱਤ ਹੁੰਦੀ ਆ ਉਹਦੇ ਉੱਤੇ ਸਿਰਕੀ ਪੈਂਦੀ ਆ, ਮੈਨੂੰ ਇਹ ਦੱਸੋ ਪਹਿਲੇ। ਇਹ ਨਾਜ਼ਰੀਨ ਇਹ ਦੇਖਣਾ ਜ਼ਰਾ, ਇਹਨਾਂ ਵਿਚਾਰਿਆਂ ਦਾ ਜਿਹੜਾ ਨਾ ਸਾਨੂੰ ਕੁਝ ਸੋਚਣਾ ਚਾਹੀਦਾ। ਇਹ ਦੇਖੋ, ਇਹਨਾਂ ਨੇ ਬੱਚਿਆਂ ਨੇ ਪੌਣਾ ਘੰਟਾ ਲਾ ਕੇ ਨਾ ਅਤੇ ਥੱਲੇ ਅੱਗ ਬਾਲੀ ਹੈ। ਗੈਸ ਕਿਉਂ ਨਹੀਂ ਲੱਗਾ ਇੱਥੇ? ਗੈਸ ਇਸ ਵਾਸਤੇ ਲੱਗਾ ਜੀ, ਕਮਰਸ਼ੀਅਲ ਜਿਹਨੇ ਗੈਸ ਹੈ ਦਿੱਤੀ ਨਹੀਂ, ਉਹਨਾਂ ਨੇ ਘਰਾਂ ਵਾਸਤੇ ਬਸ ਉਹਨਾਂ ਨੇ ਦਿੱਤੀ ਹੈ, ਕਮਰਸ਼ੀਅਲ ਨਹੀਂ ਦੇਣ ਡੇ। ਭਾਅ ਜੀ ਗੈਸ ਕਿਉਂ ਨਹੀਂ? ਤੁਸੀਂ ਕੋਈ ਅਸਰੋ ਸਲੂਕ ਵਾਲੇ ਬੰਦੇ ਜਿੱਥੇ ਗੈਸ ਲਿਆਓ। ਗੱਲ ਇਹ ਜੀ ਕਿ ਗੈਸ ਇਸ ਤੋਂ ਆਉਂਦੇ 2 ਛਾਪਰ ਹੀ ਭਰ ਲਿਆ ਕਰੋ ਘਰੋਂ। ਇਹ ਵੀ ਗੱਲ ਠੀਕ ਹੈ, ਲੇਕਿਨ ਉਹ ਮੂਲੀ ਵਾਲੇ ਪਰੌਂਠੇ ਖਾਵਾਂਗੇ ਤਾਂ ਫਿਰ ਹੀ ਹੋਏਗਾ ਜੀ। ਉਹ ਵੀ ਠੀਕ, ਸਾਰੀ ਹੋ ਜਾਏਗੀ ਗੈਸ। ਸਿਲੰਡਰ ਕਿਉਂ ਨਹੀਂ ਰੱਖਦੇ ਬਾਹਰ ਤੁਸੀਂ? ਸਿਲੰਡਰ ਇਸ ਵਾਸਤੇ ਨਹੀਂ ਰੱਖਦੇ ਕਿ ਸਿਲੰਡਰ ਇੱਕ ਤਾਂ ਹੈ ਕਿ ਪੁਲਿਸ ਮਹਿਕਮਾ ਜਿਹੜਾ ਨਾ ਉਹਦੀ ਇਜਾਜ਼ਤ ਨਹੀਂ, ਮਹਿਕਮਾ ਗੌਰਮੈਂਟ ਕਹਿੰਦੀ ਵੀ ਉਹ ਕੋਈ ਨੁਕਸਾਨ ਨਾ ਹੋ ਜਾਵੇ, ਨੁਕਸਾਨ ਨਾ ਹੋ ਜਾਏ। ਅੱਛਾ, ਪੁਲਿਸ ਵਾਲੇ ਤਾਂ ਵੈਸੇ ਮਤਲਬ ਇਹਨਾਂ ਨੂੰ ਤਾਂ ਚਾਹੀਦਾ ਹੁੰਦਾ ਕਿ ਵੀ ਕੋਈ ਹਿਸਾਬ ਲੱਗੇ ਅਤੇ ਅਸੀਂ ਕੰਮ ਕਰੀਏ, ਅਤੇ ਉਹ ਫਿਰ ਇੰਝ ਹੀ ਹੁੰਦਾ ਨਾ ਵੀ ਪੁੱਛਿਆ ਪਿਆ ਵੀ ਆਪਾਂ ਸੁਣਾ ਪੁੱਤ ਤਨਖਾਹ ਕਿੰਨੀ, ਉਹਨਾਂ ਕਿਹਾ ਆਪਾਂ ਤਨਖਾਹ ਥੋੜ੍ਹੀ ਆ ਉੱਤੋਂ ਅੱਲਾ ਦੀ ਰਹਿਮਤ ਆ, ਤਨਖਾਹ ਥੋੜ੍ਹੀ ਹੈ ਉੱਤੋਂ ਅੱਲਾ ਦੀ ਰਹਿਮਤ ਆ। ਨਹੀਂ, ਉਹ ਤੁਸੀਂ ਜਿਹੜੀ ਕੁੱਕੜਿਆਂ ਵਾਲੀ ਗੱਲ ਸੁਣਾਈ ਸੀ, ਉਹ ਕੁੱਕੜਾਂ ਵਾਲੀ ਗੱਲ ਇਹ ਸੁਣਾਈ ਸੀ ਕਿ ਉਹ ਆਨੇ ਤੁਸੀਂ ਸਿਲੰਡਰ ਕਿਉਂ ਨਹੀਂ ਰੱਖਿਆ, ਤਾਂ ਮੈਂ ਦੱਸ ਰਿਹਾ ਕਿ ਸਿਲੰਡਰ ਇਸ ਵਾਸਤੇ ਨਹੀਂ ਰੱਖਿਆ ਕਿ ਸਿਲੰਡਰ ਜਿਹੜੇ ਨੇ ਨਾ ਉਹ ਫਿਰ ਜਿਹੜੇ ਨੇ ਦੁਕਾਨਦਾਰ ਤੰਗ ਹੁੰਦੇ ਨੇ, ਅਤੇ ਉਹ ਪੁਲਿਸ ਵਾਲੇ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਨੇ। ਉਹ ਮਰਾਸੀਆਂ ਕੁੱਕੜੀਆਂ ਰੱਖੀਆਂ, ਉਹ ਕੁੱਕੜੀਆਂ ਰੱਖੀਆਂ ਨੇ ਸ਼ਾਮੀ ਉਹ ਕੇਸ ਕੋਈ ਨਾ ਲੱਭਾ ਦੇ, ਥਾਣੇਦਾਰ ਗਿਆ ਅਤੇ ਕੁੱਕੜ ਬਾਹਰ ਫਿਰ ਕਿਹਨੇ, ਉਹਨੇ ਆਖਿਆ ਮਰਾਸੀਆਂ ਨੇ ਕੁੱਕੜ ਨੇ, ਉਹਨੇ ਆਖਿਆ ਜਨਾਬ ਇਹ ਕੁੱਕੜ ਇਹਨਾਂ ਨੂੰ ਵੀ ਕੀ ਕਿਹਦੇ ਕੁੱਕੜ ਨੇ ਸਾਡੇ ਜੀ, ਉਹਨੇ ਆਖਿਆ ਕੀ ਪਾਉਂਦੇ ਹੋ ਇਹ ਜੀ, ਬਾਹਰ ਹੀ ਫਿਰਦੇ ਫੁਰਦੇ ਨੇ, ਉਹਨੇ ਆਖਿਆ ਬਾਹਰ ਹੀ ਫਿਰਦੇ, ਉਹ ਲੋਕਾਂ ਦੀਆਂ ਨਜਾਇਜ਼ ਲੋਕਾਂ ਦੀਆਂ ਚੀਜ਼ਾਂ ਖਾ ਰਹੇ ਹੈ, ਚੀਜ਼ਾਂ ਖਾ ਰਹੇ ਨੇ, ਚਲੋ ਅੰਦਰ ਸ਼ਾਮੀ 500 ਰੁਪਈਆ ਦੇ ਤਾਰੇ ਫਿਰ ਵਾਪਸ। ਉਹ ਹਫ਼ਤੇ ਕੁ ਬਾਅਦ ਫਿਰ ਫੇਰਾ ਮਾਰਿਆ, ਉਹਨਾਂ ਕੁੱਕੜ ਡਰਨੇ ਅੰਦਰ ਰੱਖ ਲਏ, ਉਹ ਡੱਬੇ 'ਚ ਜਾ ਕੇ ਉਹਨੇ ਆਖਿਆ ਕੁੱਕੜ ਨਹੀਂ ਲੱਭੇ, ਜਾ ਕੇ ਵੇਖਿਆ ਅਤੇ ਉਹ ਆਲੇ ਵਿੱਚ ਬੰਦ ਕੀਤੇ ਤੇ, ਆਲੇ ਵਿੱਚ ਬੰਦ ਕੀਤੇ, ਉਹਨੇ ਆਖਿਆ ਜੀ ਕੁੱਕੜ ਕਿੱਥੇ ਨੇ ਇਹ ਜੀ, ਅੰਦਰ ਬੰਦ ਕੀਤੇ, ਉਹ ਬੇਜ਼ਬਾਨ ਨੂੰ ਅੰਦਰ ਬੰਦ ਕੀਤਾ ਜੀ, ਚਲੋ ਠਾਣਾ। ਉਹ ਫਿਰ ਸ਼ਾਮੀ 500 ਰੁਪਈਆ ਦਿੱਤਾ, ਉਹ ਬੜੇ ਤੰਗ ਪੈ ਰਹੇ ਹੁਣ ਕਰੀਏ ਤਾਂ ਕੀ ਕਰੀਏ, ਕਿਸੇ ਪਾਸੇ ਵੀ ਜਾਣ ਨਹੀਂ ਛੁੱਟਦੀ। ਉਹ ਅਗਲੀ ਵਾਰੀ ਥਾਣੇਦਾਰ ਗਿਆ, ਉਹਨੇ ਆਖਿਆ ਵੀ ਕੁੱਕੜ ਕਿੱਥੇ ਨੂੰ, ਆਖਿਆ ਅੰਦਰ ਇਹ ਪਾਉਂਦੇ ਕੀ, ਉਹਨੇ ਆਖਿਆ ਸਾਹਿਬ 20 ਰੁਪਈਏ ਨਗਦ ਦੇਈਦਾ ਜੋ ਦਿਲ ਕਰਦੇ ਨੇ ਬਾਜ਼ਾਰੋਂ ਖਾਣ। ਯਾਰ ਆਹ ਵੀ ਸਹੀ ਹੈ, ਸਿਆਪਾ ਹੀ ਮੁੱਕੇ, ਵਾਹ ਵਾਹ। ਅੱਛਾ ਭਾਅ ਜੀ, ਇੱਥੇ ਦੀ ਮਸ਼ਹੂਰ ਕੋਈ ਖਾਣ ਵਾਲੀ ਚੀਜ਼? ਖਾਣ ਵਾਲੀ ਚੀਜ਼ ਇੱਥੋਂ ਦੀ ਤਕਰੀਬਨ ਆਮ ਹੀ ਰੂਟੀਨ ਦੀਆਂ ਚੀਜ਼ਾਂ ਨੇ ਜਿਹੜੀਆਂ ਬਾਕੀ ਯਾਨੀ ਕਿ ਇਸਤੇਮਾਲ ਹੁੰਦੀਆਂ ਨੇ, ਕੋਈ ਖਾਸ ਸਪੈਸ਼ਲ ਚੀਜ਼ ਕੋਈ ਐਸੀ ਸਪੈਸ਼ਲ ਚੀਜ਼ ਸਪੈਸ਼ਲ ਚੀਜ਼ ਨਹੀਂ ਗੀ ਜਿਹੜੀ ਕੋਈ ਦੂਰੋਂ ਲੋਕੀ ਕਹਿਣ ਯਾਰ ਨਾਰੋਵਾਲ ਦੀ ਉਹ ਚੀਜ਼ ਖਾਣੀ? ਹਾਂ, ਨਾਰੋਵਾਲ ਮਿੱਟੀ ਤਾਂ ਮੈਂ ਕਾਫੀ ਖਾ ਲਈ ਇੱਥੇ ਦੀ, ਇਹ ਗੱਲ ਠੀਕ ਹੈ। ਨਾਰੋਵਾਲ ਦੀ ਅਸਲ ਚੀਜ਼ ਜਿਹੜੀ ਹੈ, ਨਾਰੋਵਾਲ ਦੇ ਖਾਸ ਇਲਾਕਿਆਂ ਦੇ ਚਾਵਲ ਮਸ਼ਹੂਰ ਨੇ, ਖਾਸ ਇਲਾਕਿਆਂ ਦੇ ਚਾਵਲ ਮਸ਼ਹੂਰ ਨੇ, ਜਿਹੜੇ ਅਸਲ ਬਾਸਪਤੀ ਦੇ ਚਾਵਲ ਨੇ ਨਾ ਉਹ ਅਗਰ ਖਾਧੇ ਜਾਣ ਤਾਂ ਉਹਦਾ ਜ਼ਾਇਕਾ ਹੀ ਲੱਗਦਾ। ਉਹ ਇੱਥੇ ਦੇ ਨੇ ਨਾਰੋਵਾਲ ਦੇ? ਜੀ, ਉਹ ਨਾਰੋਵਾਲ ਦੇ ਨੇ ਓਰੀਜਨਲ, ਅਗਰ ਉਹ ਚਾਵਲ ਹੋਣ ਤਾਂ ਉਹ ਅਗਰ ਪੱਕੇ ਹੋਣ ਤਾਂ ਕਈ ਘਰਾਂ ਤੱਕ ਉਹਦੀ ਖੁਸ਼ਬੂ ਜਾਂਦੀ ਹੈ,
ਇਹ ਚਾਵਲਾਂ ਦੀ ਖਾਸੀਅਤ ਹੈ, ਨਾਰੋਵਾਲ ਦੀ ਜਿਹੜੀ ਖਾਸ ਚੀਜ਼ ਹੈ। ਅੱਛਾ, ਇੱਥੇ ਚਾਵਲ ਨੇ, ਕਈਆਂ ਇਲਾਕਿਆਂ 'ਚ ਚਾਵਲ ਹੀ ਹੁੰਦੇ ਨੇ ਸਿਰਫ। ਤੁਹਾਡੀ ਜਿਹੜੀ ਬੋਲੀ ਹੈ ਨਾ ਸਟਾਈਲ, ਇਹ ਸਿਆਲਕੋਟ ਵਰਗਾ, ਸਿਰਫ ਤੁਸੀਂ ਦਾ ਨਹੀਂ ਲਾ ਰਹੇ ਵਿੱਚ, ਉਹ ਦਾਲ ਆਉਂਦੇ ਨਾ ਇੰਟ 'ਤੇ। ਉਹ ਤਾਂ ਫਿਰ ਸ਼ਖੜਗੜ੍ਹ ਜਾਣਾ ਨਾ, ਅਤੇ ਉਹ ਅੱਗੇ ਕਈ ਕਰੇ ਹੱਸੀ ਦਾ ਵੀ ਉਹਨਾਂ ਆਖੇ ਵੀ ਸ਼ਖੜਗੜ੍ਹ ਜਾਣਾ, ਜਿਸ ਨਾਲ ਪਿੱਛੇ ਜੀ ਇੰਟਰਵਿਊ ਲਿਆ ਸੀ ਨਾ ਜੰਗ ਦੇ ਦੌਰਾਨ, ਉਹਨਾਂ ਆਖਿਆ ਜੀ ਐਡੇ ਐਡੇ ਬੰਬ ਪਏ, ਹਾਂਜੀ ਉਹ ਨਾਲ ਹੀ ਪੁੱਛਣਾ ਤੁਸੀਂ ਇੱਧਰ ਨੂੰ ਜਾਣਾ, ਰਾਹ ਪੁੱਛਣਾ ਇੱਧਰ ਨੂੰ ਜਾਣਾ, ਥੋੜ੍ਹਾ ਜਿਹਾ ਕੋ ਮੁੜ ਕੇ ਇੱਧਰ ਨੂੰ ਜਾਣਾ, ਉਹਨਾਂ ਕਹਿਣਾ ਫਿਰ ਰੜੇ ਰੜੇ ਜਾ ਅਤੇ ਅੱਗੋਂ ਭੀਮ ਰੋੜੀ ਖਾ, ਉਹ ਹੁਣ ਤੁਹਾਨੂੰ ਸਮਝ ਨਹੀਂ ਆਉਣੀ ਭੀਮ ਰੋੜੀ ਜਾਣੀ, ਇੰਝ ਕਰਕੇ ਚੱਕਰ ਖਾ ਕੇ ਤੇ ਅੱਜ ਪੰਜਾਬੀ ਸ਼ੇਰ ਵੀ ਸੁਣਾ ਦਿਆਂ। ਸੁਣਾਓ ਸ਼ੇਰ ਸੁਣਾਓ। ਇਸ਼ਕ ਖਾ ਗੈਰਤ ਝੱਗਾ ਚੌੜ ਕੀਤਾ, ਅੱਖੀਆਂ ਲਾ ਕੇ ਅਤੇ ਅੱਖੀਆਂ ਲਾ ਬੈਠੀ, ਅਤੇ ਪੁੰਨੂ ਬੇਪਰਵਾਹ ਨਾ ਹੱਥ ਆਇਆ, ਦੁਨੀਆਂ ਦਾ ਕਾਇਦਾ ਕਾਨੂੰਨ ਹੈ ਨਾ, ਪੁੰਨੂ ਬੇਪਰਵਾਹ ਨਾ ਹੱਥ ਆਇਆ, ਖੁਰੇ ਬਾਲ ਦੀ ਜਾਨ ਗਵਾਹ ਬੈਠੀ, ਮੌਰਾ ਖਾ ਸੁੱਤੀ ਜੋ ਮਨੀਰ ਧੁੱਪੇ, ਸਾਮੀ ਕਬਰ ਦੀ ਆਪ ਹੋ ਜਾ ਬੈਠੀ। ਅੱਛਾ ਅੱਛਾ, ਮੇਰੀ ਗੱਲ ਸੁਣੋ, ਮੇਰੀ ਗੱਲ ਨਹੀਂ ਨਹੀਂ ਠਹਿਰ ਜੋ, ਇਸ਼ਕ ਆਪਣਾ ਆਪਣੇ ਕੋਲ ਰੱਖੋ ਲੈ। ਹਾਂਜੀ, ਮੈਨੂੰ ਇਹ ਦੱਸੋ ਵੀ ਇੱਕ ਬੰਦਾ ਫੈਸਲਾਬਾਦ ਤੋਂ ਆਇਆ, ਨਾ ਉਹਨੂੰ ਚਾਹ, ਨਾ ਉਹਨੂੰ ਕੋਈ ਪਾਣੀ, ਨਾ ਬੈਠਿਆਂ ਕੋਈ ਗੱਲ, ਨਾ ਬਾਤ, ਨਿਹਰੇ ਨਿਹਾਰ ਨਿਹਾਰ ਢਿੱਡ, ਮੈਨੂੰ ਸ਼ੇਰ ਸੁਣਾਈ ਜਾ ਰਿਹਾ। ਇਸ ਗੱਲ ਨੂੰ ਨਿਹਾਰ ਢਿੱਡ ਸ਼ੇਰ ਜਿਹੜੇ ਨਾ ਗਰਮੀ ਕਰਦੇ। ਫਰੀਦ ਸਰਕਾਰ ਰਹਿਮਤ ਲਾਲਿਆ ਫਰਮਾਉਂਦੇ, ਬਾਬਾ ਜੀ ਫਰੀਦ ਸ਼ੇਖ ਫਰੀਦ ਉਹਦੀਆਂ ਤਾਰ ਰਹਿਮਤ ਲਾਲਿਆ ਫਰਮਾਉਂਦੇ ਨੇ ਤਜ਼ਕਰਾ ਤੋਂ ਲਾਉਲੀਆ 'ਚ, ਆ ਫਰਮਾਉਂਦੇ ਨੇ ਕੋਈ ਬੰਦਾ ਕਿਸੇ ਬੰਦੇ ਦੀ ਜ਼ਿਆਰਤ ਲਈ ਗਿਆ, ਉਹਨੇ ਹਸਬੇ ਤਫੀਕ ਉਹਦੀ ਖਿਦਮਤ ਨਹੀਂ ਕੀਤੀ, ਗੋਇਆ ਉਹਨੇ ਮੁਰਦੇ ਦੀ ਜ਼ਿਆਰਤ ਕੀਤੀ, ਅਤੇ ਦਰਵੇਸ਼ ਖਾਨਾ ਖੁੱਲ੍ਹਾ, ਮੈਂ ਤੁਸੀਂ ਹਜੇ ਵਿਹਲੇ ਨਹੀਂ ਹੋਣ ਦੇ, ਦਰਵੇਸ਼ ਖਾਨਾ ਖੁੱਲ੍ਹਾ ਇੱਥੇ 24 ਘੰਟੇ, ਪਤਾ ਨਹੀਂ ਆਹ ਤਾਂ ਵਿਹਲੇ ਖਲੋਤੇ, ਇਹਨਾਂ ਦੇ ਭੇਜੋ ਚਾਹ ਲੈ ਕੇ ਆਉਣ, ਇਹਨਾਂ ਨੂੰ ਕਿਹਾ ਤੁਹਾਨੂੰ ਬਿਠਾਉਂਦੇ ਹਾਂ, ਬਿਠਾ ਕੇ ਇੱਥੇ ਕਿੱਥੇ ਬਿਠਾਉਣੇ ਆ, ਇੱਥੇ ਬਿਠਾਉਣਾ ਜ਼ਮੀਨ 'ਤੇ ਮੈਨੂੰ, ਅਤੇ ਸਾਰਾ ਤਾਂ ਸਹੀ ਜਗ੍ਹਾ 'ਤੇ ਕਰੋ, ਉੱਧਰ ਕਰੋ, ਜ਼ਮੀਨ ਹੈ ਅਗਲੀ ਵੀ ਜ਼ਮੀਨ ਹੈ ਜਿੱਥੇ ਅੱਗੇ ਬਿਠਾਉਣਾ, ਉਹ ਵੀ ਜ਼ਮੀਨ ਹੀ ਆ, ਅੱਲਾ ਖੈਰ ਸਲਾਹ, ਮੈਂ ਪਹਿਲੇ ਨਾਲਵਾਂ ਪਹਿਲੇ ਸੁਜ਼ੂਕੀ 'ਚ ਨਹਾਉਣ ਲੱਗਾ, 800 CC ਵਾਸ਼ਰੂਮ 'ਚ। ਗੱਲ ਆ ਜੀ, ਪਿੰਡਾਂ 'ਚ ਇਹ ਵੀ ਬੜੀ ਬਹਾਦਰੀ ਹੁੰਦੀ ਹੈ, ਨਹੀਂ ਤਾਂ ਨਲਕੇ 'ਚ ਕੀ ਹੁੰਦਾ ਹੈ। ਇਹ ਨਾਦਰ ਨੂੰ ਦੇਖੋ, ਪੁਰਾਣਾ ਇੱਕ ਦੌਰ ਹੁੰਦਾ ਸੀ ਨਾ ਸਾਡੇ ਉੱਥੇ ਫੈਸਲਾਬਾਦ ਲਾਉਣ 'ਤੇ, ਤਰੱਕੀ ਕਰ ਗਏ ਨਾ, ਅਤੇ ਵਕਤ ਜਿਹੜਾ ਨਾ ਕਈਆਂ ਸ਼ਹਿਰਾਂ 'ਚ ਉਹਨੇ ਸਪੀਡ ਫੜ ਲਈ ਆ, ਕਈਆਂ ਸ਼ਹਿਰਾਂ 'ਚੋਂ ਬੜਾ ਸਲੋ। ਆਹ ਦੇਖੋ, ਮੈਂ ਤਾਂ ਦਿਖਾਵਾਂ ਭਾਈ ਨੇ ਦਰਾਉਣਾ, ਇਹ ਦੇਖੋ ਇਹ ਸਿਸਟਮ ਜਿਹੜੇ ਹੁੰਦੇ ਨਾ, ਇਹ ਸਾਡੇ ਇੱਥੇ ਪਏ ਹੁੰਦੇ ਸੀ ਡੈੱਕ ਅਤੇ ਇਹ ਸਪੀਕਰ, ਲਾਹੌਰ ਫੈਸਲਾਬਾਦ 'ਚ ਤਾਂ ਵੈਸੇ ਹੀ ਮੁੱਕ ਗਏ ਹੁਣ, ਕਈਆਂ ਕਿਤੇ ਕਿਤੇ ਹੋਣਗੇ, ਲੇਕਿਨ ਉਹ ਨਿਜ਼ਾਮਦੀਨ ਸਾਹਿਬ ਫਰਮਾਉਂਦੇ ਮੁੰਡਾ ਗਿਆ ਲਾਹੌਰ, ਅਤੇ ਉਹ ਕਿਤੇ ਲੱਗੇ ਰਹੀ ਲਿਫਟ 'ਤੇ ਲੱਗਾ ਰਹੀ, ਅਤੇ ਪਿੰਡੋਂ ਕਿਤੇ ਆਪਾਂ 6 ਮਹੀਨੇ ਬਾਅਦ ਮਿਲਣ ਗਿਆ, ਜਿਹੜੇ ਮਿਲਣ ਗਿਆ ਅਤੇ ਉਹਨੇ ਜਨਾਬ ਲਿਫਟ ਵਾਲੀ ਕੁਰਸੀ 'ਤੇ ਆਪੇ ਖਲੋ ਗਿਆ, ਖੜਾ ਹੋ ਕੇ ਲਿਫਟ ਵਾਲੀ ਕੁਰਸੀ 'ਤੇ ਆਪੇ ਨੂੰ ਬਿਠਾ ਲਿਆ। ਹੁਣ ਆਬਾ ਪਿੰਡੋਂ ਗਿਆ ਰਹੀ, ਉਹ ਵੇਖਦਾ ਪਿਆ ਬਈ ਹੁਣ ਜਨਾਬ ਇਹ ਹੁੰਦਾ ਕੀ ਪਿਆ, ਉਹ ਇੱਕ ਬੁੱਢਾ ਜਿਹਾ ਬੰਦਾ ਬਿਠਾਇਆ ਅਤੇ ਉਹ ਲਿਫਟ ਤੋਂ ਤਾਂ ਚੜਾ ਗਿਆ, 2 ਕੁ ਮਿੰਟ ਬਾਅਦ ਹੋਏ ਨੇ ਅਤੇ ਜਨਾਬ ਉੱਥੋਂ ਜਵਾਨ ਕੁੜੀ ਥੱਲੇ ਉਤਰੀ, ਉਹ ਪਿਓ ਹੁਣ ਵੇਖਦਾ ਪਿਆ ਸੀ, ਵੇਖਦਿਆਂ ਵੀ ਉਹਨੂੰ ਹਿਸਾਬ ਲਾਇਆ ਵੀ ਬੁੱਢਾ ਹੀ ਬੰਦਾ ਗਿਆ, ਇਹਦੀ ਕੁੜੀ ਜਵਾਨ ਹੋ ਕੇ ਆ ਗਈ ਹੈ ਕੁੜੀ, ਹੈ ਇਹ ਕਿਹੜੀ ਗੱਲ ਆ ਬਈ। ਉਹ ਆਂਡਾ ਵੀ ਆਪਾਂ ਸੁਣਾ ਪਿੰਡ ਦੀ ਸੁਣਾ, ਉਹਨਾਂ ਕਿਹਾ ਪਿੰਡ ਦੀ ਦਫਾ ਕਰ, ਤੂੰ ਇਹੋ ਜਿਹਾ ਫੇਰਾ ਇੱਕ ਮਾਂ ਆਪਣੀ ਨੂੰ ਵੀ ਲਵਾ, ਜਾਂ ਮੈਨੂੰ ਜਵਾਨ ਕਰਨ ਵਾਲਾ ਲਵਾ, ਉਹਨੇ ਆਖਿਆ ਪਿੰਡ ਨੂੰ ਛੱਡ, ਇਹੋ ਜਿਹਾ ਫੇਰਾ ਮਾਂ ਆਪਣੀ ਨੂੰ ਲਵਾ ਇੱਕ। ਅਤੇ ਹੁਣ ਗੱਲ ਇਹ ਵੀ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਤਾਂ ਇਹੀ ਚੀਜ਼ ਹੋਣੀ ਆ ਨਾ, ਪਿੰਡ ਤਾਂ ਨਹੀਂ, ਨਾਰੋਵਾਲ ਸ਼ਹਿਰ ਆ, ਬੜੀ ਤਰੱਕੀ ਕਰ ਗਿਆ, ਰੋਡ ਬੜੇ ਹਾਲ, ਸਭ ਤੋਂ ਜਿਹੜਾ ਨਾ ਜ਼ਿਲ੍ਹਿਆਂ ਵਿੱਚੋਂ ਮਾਠਾ ਸ਼ਹਿਰ ਨਾਰੋਵਾਲ ਸੀ, ਹੁਣ ਇਹਦੀ ਅਹਿਮੀਅਤ ਜਿਹੜੀ ਆ, ਵਾਕਈ ਇਹ ਜ਼ਮੀਨ ਬੜੀ ਜ਼ਰਖੇਜ਼ ਹੈ, ਫੈਜ਼ ਅਹਿਮਦ ਫੈਜ਼ ਸਾਹਿਬ ਦਾ ਇਲਾਕਾ ਹੈ, ਅਲੀਪੁਰ ਸ਼ਰੀਫ ਆਸਥਾਨ ਹੈ, ਬਹੁਤ ਵੱਡਾ ਪੀਸ ਹੈ ਜਮਾਤ ਅਲੀ ਸ਼ਾਹ ਰਹਿਮਤੁੱਲਾ ਲੈ ਦਾ, ਹੁਣ ਕਰਤਾਰਪੁਰ ਦੀ ਵੀ ਤਾਰੀਖੀ ਅਹਿਮੀਅਤ ਹੋ ਗਈ ਹੈ। ਅੱਛਾ, ਕਰਤਾਰਪੁਰ ਇੱਥੋਂ ਕਿੰਨੀ ਕੁ ਦੂਰ ਆ? ਕਰਤਾਰਪੁਰ ਇੱਥੋਂ 17 ਕਿਲੋਮੀਟਰ, 17 ਕਿਲੋਮੀਟਰ, 17 ਕਿਲੋਮੀਟਰ, ਮੋਟਰਸਾਈਕਲ 'ਤੇ ਵੀ ਜਾ ਸਕਦੇ, ਮੋਟਰਸਾਈਕਲ 'ਤੇ ਵੀ ਜਾ ਸਕਦੇ ਹੋ, ਰਿਕਸ਼ੇ 'ਤੇ ਵੀ ਇੱਥੋਂ ਜਾ ਸਕਦੇ। ਕਿੱਥੇ ਜੀ? ਸਾਈਕਲ 'ਤੇ। ਮੈਂ ਕਿਹਾ ਜਨਾਬ ਸਾਈਕਲ 'ਤੇ ਵੀ ਤੁਸੀਂ ਜਾ ਸਕਦੇ। ਮੈਂ ਕਿਹਾ ਜਨਾਬ ਮੇਰਾ ਨਾਮ ਅਦਨਾਨ ਬਸ। ਕਰਤਾਰਪੁਰ ਬਾਰਡਰ ਤੁਸੀਂ ਕਹਿੰਦੇ ਸਾਈਕਲ ਤੇ ਚਲੇ ਜਾਂਦੇ? ਜਾ ਸਕਦੇ ਹਾਂ ਸਾਈਕਲ ਤੇ, ਜਾ ਸਕਦੇ ਹਾਂ। ਰੁਕਣਾ ਨੀ ਕਿਤੇ? ਨਹੀਂ ਰੁਕਣਾ, ਕਾਲੀ ਹੈ। ਛੂਟੋ ਛੂਟ ਜਾ ਸਕਦੇ ਹਾਂ। ਕਿੰਨੀ ਦੇਰ ਚ ਜਾਓਗੇ? ਤਕਰੀਬਨ 1.5 ਘੰਟਾ ਲੱਗ ਜਾਏਗਾ। ਅੱਛਾ, ਉੱਥੇ ਰੋਕਦੇ ਤਾਂ ਨਹੀਂ ਅੱਗੇ ਜਾ ਕੇ? ਨਹੀਂ ਰੋਕਦੇ ਨੇ, ਕਿਉਂਕਿ ਕੀ ਪੁੱਛਦੇ ਨੇ ਜਿਹੜੇ, ਅਗਰ ਇੱਧਰੋਂ ਪਾਕਿਸਤਾਨ 'ਚੋਂ ਬੰਦਾ ਜਾਵੇ ਜਾਏਗਾ, ਉਹਨਾਂ ਨੇ ਪੁੱਛਣਾ ਆਪਣੀ ਸ਼ਨਾਖਤ ਕਰਾ ਕੇ ਉਸ ਤੋਂ ਬਾਅਦ ਹੋ ਕੇ ਜਾ ਸਕਦਾ। ਆਹ, ਸ਼ਨਾਖਤ ਕਰਾ ਦਈਏ ਤੇ ਫਿਰ ਉਹ ਜਾ ਸਕਦਾ, ਫਿਰ ਸਿੱਖ ਸੁੱਖ ਜਿਹੜੇ ਫਿਰ ਉਹਨਾਂ ਨੂੰ ਮਿਲ ਸਕਦਾ। ਓਕੇ, ਠੀਕ ਆ, ਇਹ ਗੱਲ ਠੀਕ ਹੈ। ਹੈਂ, ਵੇਖੋ ਜੀ, ਸਾਡੇ ਪਾਕਿਸਤਾਨ 'ਚ ਉਹਨਾਂ ਦਾ ਬਣਿਆ ਦਾ ਵਾ ਦਰਬਾਰ ਸਰ। ਬੜੀ ਗੱਲ ਆ। ਹੁਣ ਦੇਖੋ ਤੁਸੀਂ, ਕਈ ਐਸੇ ਰਹੀ ਉਦੋਂ ਬਰਸਗੀਰ ਹੀ, ਬਰਸਗੀਰ ਕੇ ਬਰੇਸਗੀਰ, ਬਰੇਸਗੀਰ ਹੀ, ਅਤੇ ਉਦੋਂ ਬਰਸਗੀਰ ਸੀ, ਅਤੇ ਹੁਣ ਪਾਕਿਸਤਾਨ ਅਤੇ ਹਿੰਦੁਸਤਾਨ ਜਦੋਂ ਲੈਦਾ ਹੋ ਗਿਆ ਤਾਂ ਜਨਾਬ ਦਿਓ ਜਨਾਬ ਅਲਾ
ਲਤੀਫਾ ਆ ਗਿਆ ਜੀ ਲਤੀਫਾ ਉਹ ਗੁਜਰ ਵਾਲੀ ਕੇਸ ਸੁਣ ਲਓ ਨਾ ਉਹ ਥਾਣੇਦਾਰ ਕਿਤੇ ਕਤਲ ਦੇ ਕੇਸ 'ਚ ਬੰਦਾ ਚਲਾ ਗਿਆ ਨਾ ਕੋਈ ਗੁਜਰ ਅਤੇ ਉਹਨੇ ਆਖਿਆ ਗੁਜਰਾ ਕੋਈ ਕੇਸ ਲਈ ਮਾਰ ਗੁਜਰਾ ਕੋਈ ਕੇਸ ਲਈ ਮਾਰ ਮਤਲਬ ਕਿ ਕੋਈ ਧਾਂਦਲੀ ਕਰ ਹਾਂ ਯਾਨੀ ਕਿ ਕੋਈ ਦਾ ਦੁੱਖਾ ਲਾ ਕੇ ਦੱਸ ਜਿਸ ਤਰ੍ਹਾਂ ਤੁਸੀਂ ਚੁੱਪ ਕਰਕੇ ਦਾਲ ਲਾਉਂਦੇ ਹੋ ਓਕੇ ਹਾਂ ਹੁਸ਼ਿਆਰੀ ਖੇਡ ਉਹਨੂੰ ਕੀਤਾ ਕੀ ਜਨਾਬ ਉਹਨੇ ਆਖਿਆ ਵੀ ਪਹਿਲੇ ਥਾਣੇ ਸਾਹਿਬ ਲਿਖ ਕੇ ਦਿਓ ਵੀ ਤੁਹਾਨੂੰ ਕੇਸ 'ਚੋਂ ਬਰੀ ਕੀਤਾ ਤੁਹਾਨੂੰ ਕੇਸ 'ਚੋਂ ਬਰੀ ਕੀਤਾ ਉਹਨੇ ਆਖਿਆ ਲਓ ਜੀ ਬਰੀ ਕੀਤਾ ਉਹਨੇ ਆਖਿਆ ਨਹੀਂ ਲਿਖ ਕੇ ਦਿਓ ਕੇਸ 'ਚੋਂ ਬਰੀ ਕੀਤਾ ਉਹਨੇ ਲਿਖ ਦਿੱਤਾ ਕੇਸ ਨੂੰ ਬਰੀ ਕੀਤਾ ਉਹਨੇ ਜੁੱਤੀ ਕੱਛੇ ਮਾਰੀ ਤਾਂ ਤੁਰ ਪਿਆ ਉਹਨੇ ਆਖਿਆ ਕੇਸ ਲਈ ਮਾਰਨਾ ਉਹਨੇ ਆਖਿਆ ਵੱਜ ਗਈ ਹੈ ਕੇਸ ਲਈ ਜਿਸਨੇ ਤੁਸੀਂ ਇਹਦੇ ਇਲਾ ਕਰ ਲਈ ਆ ਬਸ ਕਰਦੀ ਉਹਨੇ ਕਿਹਾ ਕੁਛ ਸ਼ਾਇਰੀ ਦਿਖਾ ਉਹਨੇ ਕਿਹਾ ਦਹਾਤੀ ਅੱਲਾ ਖੈਰ ਸੱਲਾ ਨਾਮ ਨਾ ਕਰ ਲਈ ਐਂ ਦਹਾਤੀ ਵੇਲੋ ਉਹ ਕਹਿੰਦਾ ਸੀ ਨਹੀਂ ਚੁੰਮੀ ਲੈ ਸਕਦਾ ਹਾਂਜੀ ਹਾਂਜੀ ਇੰਝ ਹੀ ਗੱਲ ਪਹਿਲੀ ਵਾਰੀ ਇੰਝ ਹੀ ਹੁੰਦਾ ਸਾਰਿਆਂ ਨੂੰ ਮੈਂ ਦੋ ਵਾਰੀ ਲਈ ਆਹੋ ਇਹੋ ਹੀ ਗੱਲ ਆ ਹੁਣ ਰਮਾਂ ਪੈ ਗਿਆ ਹੁਣ ਉਹਦੇ ਦਿਲ 'ਚ ਹੋਣਾ ਵੀ ਆਵੇ ਤਾਂ ਮੈਂ ਜਾਣਾ ਨਹੀਂ ਬੰਦੇ ਕਿਸੇ ਨੇ ਵਿਆਹ ਕਰ ਲਿਆ ਸੀ ਹਾਂ ਦਾ ਵਿਆਹ ਕਰ ਲਿਆ ਉਹ ਵਿਆਹ ਕਰ ਲਿਆ ਤੇ ਹੁਣ ਉਹ ਬੰਦਾ ਹੀ ਬਾਊਟ ਐਪ ਉਹ ਸਵੇਰੇ ਬੈਂਕ 'ਚ ਜਾਇਆ ਕਰੇ ਮੈਨੇਜਰ ਟੈਪ ਸੀ ਅਤੇ ਉਹ ਬੀਬੀ ਹੁਣ ਜਾਇਆ ਕਰੇ ਮੰਗਣ ਵਾਸਤੇ ਸਦਾ ਕਰਨ ਵਾਸਤੇ ਉਹ ਕਿਸੇ ਨੇ ਆਖਿਆ ਯਾਰ ਤੂੰ ਅਫਸਰ ਆਦਮੀ ਹੈ ਤੇ ਇਹਨੂੰ ਛਡਾ ਹੜ ਇਹਨੂੰ ਛਡਾ ਦੇ ਇਸ ਕੰਮ ਨੂੰ ਉਹਨੇ ਤਰਲਾ ਮਾਰਿਆ ਵੀ ਭਲੀ ਲੋਕ ਛੱਡ ਛੱਡੇ ਇਸ ਕੰਮ ਨੂੰ ਉਹਨੇ ਆਖਿਆ ਬਈ ਨਹੀਂ ਉਹਨੇ ਆਖਿਆ ਕੋਈ ਐਸੀ ਗੱਲ ਜਿਹਨਾਂ ਤੂੰ ਛੱਡ ਸਕੇ ਉਹਨੇ ਆਖਿਆ ਫਿਰ ਮੇਰੀ ਇੱਕ ਸ਼ਰਤ ਹੈ ਕਿ ਇੱਕ ਹਫ਼ਤਾ ਮੈਨੂੰ ਤੂੰ ਮੰਗ ਕੇ ਖਿਲਾ ਇੱਕ ਹਫ਼ਤਾ ਮੈਨੂੰ ਤੂੰ ਮੰਗ ਕੇ ਖਵਾ ਉਹ ਬੜਾ ਪਰੇਸ਼ਾਨ ਸੋਚਿਆ ਸਮਝਿਆ ਫਿਰ ਉਹਨੇ ਆਖਿਆ ਯਾਰ ਸਾਰੀ ਜ਼ਿੰਦਗੀ ਦੀ ਜਲਾਲਤ ਨਾਲ ਹੁਣ ਸ਼ਾਦੀ ਤਾਂ ਕਰ ਲਈ ਹੈ ਅਤੇ ਇੱਕ ਹਫ਼ਤਾ ਔਖੇ ਸੌਖੇ ਕੰਮ ਕਰ ਲੈਂਦੇ ਹਾਂ ਉਹ ਹੁਣ ਇੱਕ ਹਫ਼ਤਾ ਉਹ ਜਾ ਪਿਆ ਅਤੇ ਉਹ ਵੀ ਜਾਇਆ ਕਰੇ ਮੰਗਣ ਵਾਸਤੇ ਉਹ ਵੀ ਜਾਇਆ ਕਰੇ ਅਤੇ ਜਿਸ ਲਈ ਅਗਲੇ ਹਫ਼ਤੇ ਆਇਆ ਤਾਂ ਬੀਬੀ ਨੇ ਆਖਿਆ ਸੁਣਾ ਹੁਣ ਛੱਡ ਛੱਡੀਏ ਉਹਨੇ ਆਖਿਆ ਤੂੰ ਛੱਡਣਾ ਛੱਡ ਛੱਡ ਮੈਂ ਨਹੀਂ ਇਹ ਕੰਮ ਛੱਡਣਾ ਮੰਗਣ ਵਾਲਾ ਅਤੇ ਹੁਣ ਦਨਾਨ ਵਾਲਾ ਐਸੀ ਆਦਤ ਪੈ ਗਈ ਏਸੀ ਆਦਤ ਪੈ ਗਈ ਯਾਰ ਤੂੰ ਹਾਂ ਪਾੜੀ ਆ ਦਨਾਨ ਨੂੰ ਆਦਤ ਉਹਨੇ ਕਿਹਾ ਤੂੰ ਭਾਵੇਂ ਛੱਡ ਦੇ ਹੁਣ ਮੈਂ ਨਹੀਂ ਛੱਡਣਾ ਇਹ ਹੁਣ ਤੁਹਾਨੂੰ ਜਨਾਬ ਚੱਕ ਚੁੱਕ ਨਹੀਂ ਨਹੀਂ ਉਹ ਬੜਾ ਐਡਾ ਕਿਤੇ ਆਹੋ ਲਓ ਜੀ ਨਾਦਰੀ ਮੇਰੇ ਨਹਾਉਣ ਦਾ ਹੋ ਗਿਆ ਗਰਮ ਲਓ ਜੀ ਨਾਦਰੀ ਮੇਰੇ ਨਹਾਉਣ ਦਾ ਟਾਈਮ ਹੋ ਗਿਆ ਭਾਜੀ ਆ ਫੜਨਾ ਭਾਜੀ ਮੈਂ ਅੰਦਰ ਚੱਲਾਂ ਨਹਾਉਣ ਇਹ ਦੇਖੋ ਨਾਦਰੀ ਇਹ ਅੱਗ ਬਲ ਰਹੀ ਹੈ ਔਰ ਮੈਂ ਅੰਦਰ ਨਹਾਵਾਂਗਾ ਆਹ ਹਾ ਇੱਧਰ ਇਹ ਦੇਖੋ ਸੁਜ਼ੂਕੀ ਦੇ ਸ਼ੋਰੂਮ 'ਚ ਅੱਛਾ ਗਰਮ ਪਾਣੀ ਦਾ ਹਿਸਾਬ ਕੀ ਅਤੇ ਠੰਡੇ ਦਾ ਕੀ ਹੈ ਐਡੀ ਇਹ ਠੰਡੀ ਆ ਉਤਲੀ ਠੰਡੀ ਆ ਥੱਲੜੀ ਗਰਮ ਆ ਬਰਾਬਰ ਹੈ ਕਹਿੰਦਾ ਇਹ ਕੋਸੀ ਹੈ ਇਹ ਮਿਕਸ ਨਿਕਲਦਾ ਨਾ ਅੱਛਾ ਉਹ ਲਹਿਦਾ ਸਿਸਟਮ ਹੈ ਇਹ ਕੋਈ ਮਿਕਸਿੰਗ ਆ ਅਗਰ ਇਹਦੇ 'ਚੋਂ ਕੋਈ ਵਾਧਾ ਘਾਟਾ ਕਰਨਾ ਤਾਂ ਉੱਥੋਂ ਕਰਨਾ ਪਏਗਾ ਨਹੀਂ ਨਹੀਂ ਇਹਦੇ ਵਾਧਾ ਘਾਟਾ ਯਾਰ ਬੰਦੇ ਨੂੰ ਨਹੀਂ ਨਹੀਂ ਵਾਧੇ ਘਾਟੇ ਤੋਂ ਮਰਾਦ ਇਹ ਕਿ ਉਹ ਪਾਣੀ ਨੂੰ ਵਾਧਾ ਘਾਟਾ ਸ਼ਕਲੋ ਤੂੰ ਕਿੱਡਾ ਮਾਸੂਮ ਲੱਗਦਾ ਮੈਂ ਮਰੇ ਯਾਰ ਸੇਫਟੀ ਹੈ ਸ਼ੇਵ ਕਰਨ ਵਾਸਤੇ ਅੱਛਾ ਮੈਂ ਬਾਹਰ ਆ ਬਾਹਰ ਕਰਾ ਲਾਂ ਕੇ ਅੱਛਾ ਮੈਂ ਹੁਣ ਆ ਮੈਨੂੰ ਅੰਦਰੋਂ ਕੋਈ ਚੀਜ਼ ਲੜ ਗਈ ਮੈਂ ਛੱਡਣਾ ਨਹੀਂ ਤੈਨੂੰ ਨਹੀਂ ਠਹਿਰ ਜਾ ਭਾਜੀ ਸ਼ੁਰੂ ਕਰੀਏ ਇਜਾਜ਼ਤ ਆ ਓਕੇ ਬੜੀ ਮਿਹਰਬਾਨੀ ਉਹ ਠਹਿਰ ਜਾ ਨਹੀਂ ਪਹਿਲੇ ਗਰਮ ਆ ਮੈਨੂੰ ਦੱਸੀ ਗਰਮ ਵਾਲੀ ਥੱਲੇ ਵਾਲੀ ਆ ਭਾਜੀ ਆ ਪਾਣੀ ਗਰਮ ਨਹੀਂ ਆ ਰਿਹਾ ਆ ਗਿਆ ਹੁਣ ਨਾਲ ਦੀ ਹੁਣ ਅੱਗੋਂ ਕੱਢਾ ਮਾਂ ਵਾਲੇ ਸ਼ੈਂਪੂ ਤਾਂ ਦੋ ਭਾਈ ਸ਼ੈਂਪੂ ਆਜਾ ਨਹਾਈਏ ਆਜਾ ਨਹੀਂ ਤੇਰੀ ਆ ਸਾਬ ਮੈਂ ਤੇਰੇ ਸਾਬਣ ਲਾਊਂਗਾ ਤੂੰ ਮੇਰੇ ਸਾਬਣ ਲਾਈ ਆਜਾ ਨਹੀਂ ਰਹਿਣ ਦੇ ਯਾਰ ਸ਼ੈਂਪੂ ਦੇ ਦੇ ਭਰਾਵਾ ਉਹ ਯਾਰ ਪਹਿਲੇ ਕੌਣ ਨਹਾ ਕੇ ਗਿਆ ਇੱਥੇ ਕੌਣ ਨਹਾ ਗਿਆ ਪਹਿਲੇ ਯਾਰ ਥੱਲੇ ਬਰੇਡ ਪਏ ਕਿ ਨਹੀਂ